ਕੀ ਦੱਸੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਪਿਛਲੇ ਕੁਝ ਦਿਨਾਂ ਪਹਿਲਾਂ ਹਰਿਆਣੇ ਦੇ ਵਿੱਚ ਅੰਬਾਲੇ ਜ਼ਿਲ੍ਹੇ 'ਚ ਨਰਾਇਣਗੜ੍ਹ ਕਸਬਾ, ਉੱਥੇ ਗੁਰਦੁਆਰਾ ਸਾਹਿਬ ਰਾਤਗੜ੍ਹ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਉੱਥੋਂ ਦੀ ਸੰਗਤ ਮਨਾ ਰਹੀ ਸੀ। ਉੱਥੇ ਉਸ ਹਲਕੇ ਤੋਂ ਪਹਿਲਾਂ ਜਿਹੜੇ MLA ਵੀ ਬਣੇ, ਮੰਤਰੀ ਵੀ ਬਣੇ, ਅੱਜ ਕੱਲ੍ਹ CM ਨੇ ਨਾਇਬ ਸੈਣੀ ਜੀ, ਉਹਨਾਂ ਨੇ ਉਸ ਗੁਰੂ ਘਰ ਮੱਥਾ ਟੇਕਣ ਜਾਣਾ ਸੀ, ਗੁਰੂ ਘਰ 'ਚ ਆਸ਼ੀਰਵਾਦ ਲੈਣ ਵਾਸਤੇ ਜਾਣਾ ਸੀ। ਪਰ ਹੈਰਾਨਗੀ ਅਤੇ ਬੜੇ ਦੁੱਖ ਦੀ ਅਤੇ ਬਹੁਤ ਹੀ ਮਾੜੀ ਘਟਨਾ ਉੱਥੇ ਵਾਪਰੀ ਕਿ ਜਿੰਨੀ ਜਿਹੜੀ ਇਹਦੀ CM ਦੀ ਸਿਕਿਉਰਿਟੀ ਐਡਵਾਂਸ ਜਾਂਦੀ ਹੈ, ਉਹਨਾਂ ਨੇ ਚੱਲਦੇ ਸਮਾਗਮ 'ਚ ਗੁਰੂ ਗ੍ਰੰਥ ਸਾਹਿਬ ਦੀ ਤਲਾਸ਼ੀ ਲਈ, ਉੱਥੇ ਗੁਰੂ ਘਰ ਦੇ ਜਿਹੜੀ ਮਰਿਆਦਾ ਵਾ ਉਸ ਨੂੰ ਬਹੁਤ ਬੁਰੀ ਤਰ੍ਹਾਂ ਭੰਗ ਕੀਤਾ। ਔਰ ਹੈਰਾਨਗੀ ਦੀ ਗੱਲ ਆ ਕਿ ਉਹ ਨਾਇਬ ਸੈਣੀ ਜਿਹੜਾ ਸਿੱਖਾਂ ਦੀਆਂ ਵੋਟਾਂ ਨਾਲ MLA ਬਣਦਾ ਰਿਹਾ ਉਸ ਹਲਕੇ ਤੋਂ, ਉਹਦੀ ਸਿਕਿਉਰਿਟੀ ਨੇ ਇਹੋ ਜਿਹਾ ਮਦਭਾਗਾ ਕੰਮ ਕੀਤਾ। ਇਹਦੇ ਨਾਲ ਸਮੁੱਚੇ ਹਰਿਆਣੇ ਦੇ ਨਹੀਂ, ਸਮੁੱਚੇ ਦੇਸ਼ ਅਤੇ ਵਿਦੇਸ਼ਾਂ 'ਚ ਬੈਠੇ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਸੰਗਤ ਆ, ਉਹਨਾਂ ਦੇ ਮਨਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ। ਔਰ ਮੈਂ ਇਹ ਨਾਇਬ ਸੈਣੀ ਨੂੰ ਵੀ ਕਹਾਂਗਾ ਹਰਿਆਣਾ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਉਹਨੂੰ ਜਿਨ੍ਹਾਂ ਬੰਦਿਆਂ ਨੇ ਇਹ ਘਟਨਾ ਉੱਥੇ ਨੂੰ ਇਹਨੂੰ ਅੰਜ਼ਾਮ ਦਿੱਤਾ, ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਤਾਂ ਕਿ ਅੱਗੇ ਤੋਂ ਕੋਈ ਇਹੋ ਜਿਹੀ ਜ਼ਰੂਰਤ ਨਾ ਕਰ ਸਕੇ। ਔਰ ਨਾਇਬ ਸੈਣੀ ਨੂੰ ਖੁਦ ਵੀ ਚਾਹੀਦਾ, ਬੀਂਗ ਇੱਕ ਨਿਮਾਣਾ ਸਿੱਖ ਹੁੰਦਿਆਂ ਹੋਇਆ ਗੁਰੂ ਘਰ ਨਤਮਸਤਕ ਹੋਣ ਗਿਆ, ਉਹਨੂੰ ਵੀ ਇਸ ਘਟਨਾ ਦੀ ਮਾਫ਼ੀ ਸਮੁੱਚੀ ਸਿੱਖ ਸੰਗਤ ਤੋਂ ਮੰਗਣੀ ਚਾਹੀਦੀ ਆ ਤਾਂ ਕਿ ਸਮੁੱਚੀ ਕੌਮ ਦੇ ਵਿੱਚ ਇਹ ਜਿਹੜਾ ਅੱਗ ਬਲੀ ਆ ਇਹਨੂੰ ਬੁਝਾਇਆ ਜਾ ਸਕੇ, ਇਹਨੂੰ ਸ਼ਾਂਤ ਕੀਤਾ ਜਾ ਸਕੇ। ਧਰਮ ਪ੍ਰਚਾਰ ਦਾ ਤੁਸੀਂ ਵੇਖਦੇ ਹੋ ਤਾਂ SGPC ਦਾ? ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਹਾਂ। ਉਹ ਮੈਂਬਰ ਹੋਣ ਦੇ ਨਾਤੇ ਜਿਹੜੀ ਹਰਿਆਣੇ ਦੇ ਸਿੱਖਾਂ ਦੀ ਇਹ ਆਵਾਜ਼ ਆ ਜਾਂ ਸਮੁੱਚੀ ਸੰਗਤ ਦੀ ਇਹ ਆਵਾਜ਼ ਆ, ਅਸੀਂ ਇਹਦੀ ਡਿਟੇਲ 'ਚ ਵੈਰੀਫਿਕੇਸ਼ਨ ਕਰਕੇ ਉਸ ਜਿਹੜੀਆਂ ਵੀਡੀਓ ਆਈਆਂ ਉਹਨਾਂ ਨੂੰ ਦੇਖ ਕੇ ਵੀ ਉੱਥੋਂ ਦੀ ਸੰਗਤ ਦੇ ਨਾਲ ਵੀ ਸੰਪਰਕ ਕਰਕੇ ਜਿਹੜੇ ਮੌਕੇ 'ਤੇ ਮੌਜੂਦ ਸੀ, ਅਸੀਂ ਇਹਦੀ ਇੱਕ ਡਿਟੇਲ ਰਿਪੋਰਟ ਬਣਾ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਭੇਜਾਂਗੇ। ਔਰ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਹੋ ਜਿਹੀਆਂ ਗਲਤ ਹਰਕਤਾਂ ਕਰਨ ਵਾਲਿਆਂ 'ਤੇ ਸਖ਼ਤ ਕਦਮ, ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਗੁਰਦੁਆਰੇ 'ਚ ਅਸੀਂ ਉੱਥੇ ਜ਼ਰੂਰ ਜਾ ਕੇ ਉੱਥੇ ਦੀ ਸੰਗਤ ਨੂੰ ਮਿਲ ਕੇ ਜਿਹੜਾ ਉੱਥੇ ਮਦਭਾਗੀ ਘਟਨਾ ਵਾਪਰੀ ਆ ਉਹਦੀ ਜ਼ਰੂਰ ਇਨਕੁਆਇਰੀ ਕਰਾਂਗੇ ਔਰ ਇਨਕੁਆਇਰੀ ਰਿਪੋਰਟ ਬਣਾ ਕੇ ਅਕਾਲ ਤਖ਼ਤ ਸਾਹਿਬ 'ਤੇ ਭੇਜਾਂਗੇ।